ਗੁੱਡ ਮਾਰਨਿੰਗ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਿੱਧੂ ਰੇਂਜ ਵਾਲੇ ਵਲੌਗ 'ਚ। ਉਮੀਦ ਕਰਦੇ ਸਾਰੇ ਵਧੀਆ ਹੋਵੋਗੇ। ਅੱਜ ਹੈਗੀ 30 ਜੁਲਾਈ, ਸਵੇਰ ਦੇ ਵਜਦੇ ਨੇ 7:15। ਬਾਕੀ ਤੁਸੀਂ ਨਵਾਂ ਹੇਅਰ ਕੱਟ ਵੀ ਦੇਖ ਲੈਣਾ, ਕੁਛ ਚੇਂਜਿਸ ਕੁਛ ਚੀਜ਼ਾਂ ਜਿੱਥੇ ਦੀਦੀ ਹੋਣੀ ਆ, ਬਲੈਕ ਐਂਡ ਵਾਈਟ ਕੈਬ। ਅਤੇ ਬਾਕੀ ਤੁਹਾਨੂੰ ਥੰਬਨੇਲ ਤੋਂ ਵੀ ਪਤਾ ਲੱਗ ਗਿਆ ਹੋਣਾ, ਕਿਉਂਕਿ ਅੱਜ ਆਪਾਂ ਇੱਕ ਦਿਨ ਵਾਸਤੇ ਟੈਕਸੀ ਚਲਾਉਣ ਲੱਗੇ ਆਪਣੇ ਮਾਸਟਰ ਜੀ ਦੀ, ਅਤੇ ਤੁਹਾਨੂੰ ਦੱਸਦੇ ਹਾਂ ਕਿ ਉਹਦੇ ਵਾਸਤੇ ਕੀ ਕੀ ਰਿਕੁਆਇਰਮੈਂਟ ਚਾਹੀਦੀਆਂ ਟੈਕਸੀ ਵਾਸਤੇ, ਅਤੇ ਕਿੰਨੇ ਕੁ ਬਣਦੇ ਨੇ ਜਾਂ ਕਿੰਨਾ ਕੁ ਖਰਚਾ ਹੈਗਾ ਉਹਦਾ, ਕੀ ਹੋਰ ਚੀਜ਼ਾਂ ਹੁੰਦੀਆਂ ਉਹ ਤੁਹਾਨੂੰ ਦੱਸਾਂਗੇ। ਅਤੇ ਚਲੋ ਫਿਰ ਕਰਦੇ ਹਾਂ ਇਹਦੀ ਵੀਡੀਓ ਸਟਾਰਟ, ਅਤੇ ਮਾਰਦੇ ਹਾਂ ਸੈਲਫ। ਲਓ ਜੀ ਅਸੀਂ ਪਹੁੰਚ ਗਏ, ਪਹੁੰਚ ਗਏ ਅਸੀਂ। ਉਹ ਬੜੀ ਟੈਕਸੀ ਅਤੇ ਉਹ ਬੜਾ ਮਾਲਕ। ਅਸੀਂ ਸਮਾਨ ਚੱਕ ਲਈ ਥੋੜ੍ਹਾ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਥੋੜ੍ਹਾ ਸੈੱਟ ਕਰਕੇ ਸਮਾਨ। ਲਓ ਜੀ ਆਪਣੀ ਸਟਾਰਟ ਹੋ ਗਈ ਸ਼ਿਫਟ, ਅਤੇ ਆਪਾਂ ਖੜ੍ਹੇ ਹਾਂ ਟੈਗਮ ਸ਼ੋਪਿੰਗ ਸੈਂਟਰ 'ਤੇ। ਅਤੇ ਆਹ ਹੁੰਦਾ ਜੀ DCU। ਹੁਣ ਜਿਵੇਂ ਬੂੰਦਲ ਰੈਂਕ 'ਤੇ ਖੜ੍ਹਾ ਨੰਬਰ 1 'ਤੇ, ਅਤੇ ਜੇ ਏਰੀਏ 'ਚ ਹੁੰਦਾ ਤਾਂ 0 ਐਂ ਸਾਰੇ ਹੁੰਦੇ ਨੇ। ਅਤੇ ਆਹ ਜਿਵੇਂ ਖਾਲੀ ਗੱਡੀਆਂ ਬਾਰੇ ਦੱਸਦਾ ਵਾ ਕਿ ਖਾਲੀ ਗੱਡੀਆਂ ਕਿੰਨੀਆਂ ਏਰੀਏ 'ਚ, ਆਹ ਜੋਬ ਲਾਸਟ ਜੋਬ ਕਿੰਨੀਆਂ ਲਾਸਟ ਆਵਰ 'ਚ ਆਹ ਹੁੰਦੀਆਂ ਨੇ, ਆਹ ਮੈਨੂੰ ਪਤਾ ਨਹੀਂ, ਮੈਂ ਭੁੱਲ ਗਿਆ ਕੀ ਹੁੰਦਾ ਸੀ। ਪਿਛਲੇ ਘੰਟੇ 'ਚ ਮਤਲਬ ਕਿੰਨੀਆਂ ਜੋਬ ਨਿਕਲੀਆਂ ਨੇ, ਵਰਜੀ ਨੰਦਾ 2 ਨਿਕਲੀਆਂ ਨੇ, ਅਤੇ ਐਸਪਲੇ ਨਿਕਲੀਆਂ ਨੇ 2, ਅਤੇ ਆਹ ਹੇਲ ਹੁੰਦੀਆਂ ਨੇ ਜਿਹੜਾ ਕੋਈ ਰਾਹ 'ਚ ਹੱਥ ਦੇ ਕੇ ਚੜ੍ਹ ਜੇ, ਉਹ ਕਿੰਨੀਆਂ ਹੁੰਦੀਆਂ ਨੇ ਉਹਦੇ ਬਾਰੇ ਨੇ। ਆਹ ਮੈਂ ਭੁੱਲ ਗਿਆ ਜੀ ਕੀ ਸੀਗਾ, ਕਿਉਂਕਿ ਮੈਂ ਚਲਾਈ ਤਾਂ ਬਹੁਤ ਆ ਪਰ ਹੁਣ ਘੱਟੋ ਘੱਟ ਨਹੀਂ ਤਾਂ 5-6 ਸਾਲ ਹੋ ਗਏ ਚਲਾਈ ਨੂੰ, ਅਤੇ ਹੁਣ ਥੋੜ੍ਹਾ ਜਿਹਾ ਨਰਵਸ ਵੀ ਹੈ ਕਿ ਹਾਂ ਵੀ ਕਿਵੇਂ ਚੱਲਣੀ ਹੈਗੀ ਨਾ, ਕਿਵੇਂ ਦੀ ਕੋਈ ਆਦਤ ਨਹੀਂ ਰਹੀ ਸਵਾਰੀਆਂ ਨੂੰ ਜਾਣ ਦੀ, ਬੱਸ ਦਾ ਹਿਸਾਬ ਕਿਤਾਬ ਵੱਖਰਾ ਕਿ ਦਰਵਾਜ਼ਾ ਖੁੱਲ੍ਹਾ ਚੜ੍ਹਾ ਲਏ। ਅਤੇ ਨਰਵਸ ਹੋ ਜੀ ਵੀ ਅਸੀਂ ਜੋ ਪਹਿਲੇ ਦਿਨ ਬੱਸ ਚਲਾਈ ਹੋਊ ਵੀ ਅਸੀਂ ਹਾਏ ਹੈ ਨਾ ਕਿਵੇਂ, ਅਤੇ ਇਹਦੇ 'ਚ ਵੀ ਆ ਗਿਆ ਪਹਿਲੀ ਜੋਬ ਆਊਗੀ ਤਾਂ ਕਿਵੇਂ ਦੀ ਕਰਨਾ, ਆਲ ਗੁੱਡ ਆ ਪਰ ਚਲਾ ਲਾਂਗੇ। ਬਾਕੀ ਆਹ ਮੀਟਰ ਆਈ, ਅਤੇ ਇੱਥੋਂ ਪਾਸੇ ਨੂੰ ਦੱਬਣਾ ਤਾਂ ਇਹਨੇ ਔਨ ਹੋ ਜਾਣਾ, ਇੱਥੇ ਪਾਸੇ ਇਹਨੇ ਆਫ ਹੋ ਜਾਣਾ। ਬਾਕੀ ਆਹ ਗੱਡੀ ਆ ਤੁਹਾਨੂੰ ਪਤਾ ਹੀ ਆ, ਇਹ ਪਹਿਲਾਂ ਵੀ ਦਿਖਾਈ ਹੋਈ ਆ। ਅਤੇ ਬਸ ਫਿਰ ਵੇਟ ਕਰਦੇ ਹਾਂ, ਜਦੋਂ ਜੋਬ ਆਊਗੀ ਚੱਕਦੇ ਹਾਂ, ਅਤੇ ਫਿਰ ਤੁਹਾਨੂੰ ਉਹਦੇ ਬਾਰੇ ਦੱਸ ਦਾਂਗੇ ਕਿ ਭਾਈ ਇੱਕ ਜੋਬ ਦੇ ਕਿੰਨੇ ਕੁ ਪੈਸੇ ਬਣੇ ਆ। ਆਪਾਂ ਨੂੰ ਹੋ ਗਈ ਆ ਦੇਖੋ 50 ਮਿੰਟ, ਅਤੇ ਅਜੇ ਤੱਕ ਕੋਈ ਜੋਬ ਨਹੀਂ ਆਈ। ਬਾਕੀ ਦੇਖੋ, ਕਿਉਂਕਿ ਇੱਕ ਹੋਰ ਇਸ਼ੂ ਹੈਗਾ ਜਿਵੇਂ ਆਪਾਂ ਜੇ ਕੰਪੇਅਰ ਕਰਦੇ ਹਾਂ ਟੈਕਸੀ ਅਤੇ ਉਬਰ ਨੂੰ, ਇਹਦੇ 'ਚ ਕੀ ਆ ਕਿ ਤੁਸੀਂ ਜਿਵੇਂ ਹੁਣ ਵਾਸ਼ਰੂਮ ਵੀ ਜਾਣਾ ਜਾਂ ਬਾਹਰ ਵੀ ਜਾਣਾ ਕਿਤੇ, ਤਾਂ ਤੁਹਾਨੂੰ ਆਹ ਰਿਮੋਟ ਨਾਲ ਲੈ ਕੇ ਜਾਣਾ ਪਊਗਾ। ਪਰ ਇਹਦੀ ਰੇਂਜ ਸਿਰਫ ਮਸਾਂ 100 ਮੀਟਰ ਹੀ ਹੁੰਦੀ ਆ, ਇਹਦੀ ਜ਼ਿਆਦਾ ਨਹੀਂ ਹੁੰਦੀ। ਪਰ ਉਬਰ 'ਚ ਗਿਆ ਕਿ ਤੁਸੀਂ ਨਹੀਂ ਜੋਬ ਆਈ, ਅੰਦਰ ਜਾਣਾ ਕੁਛ ਖਾਣ ਨੂੰ ਲੈ ਕੇ ਆਉਣਾ ਕੁਛ ਵੀ ਲੈ ਕੇ ਆਉਣਾ, ਤੁਹਾਡਾ ਫੋਨ ਤੁਹਾਡੇ ਨਾਲ ਆ, ਜੋਬ ਹੋਊਗੀ ਤੁਸੀਂ ਉੱਥੋਂ ਚੱਕ ਲਉਂਗੇ। ਪਰ ਇਹਦੇ 'ਚ ਕੀ ਹੈ ਕਿ ਜੇ ਕੋਈ ਅੰਦਰ ਜਾਂਦਾ ਜੋਬ ਮਿਸ ਹੋ ਗਈ ਤਾਂ ਤੁਹਾਡਾ ਨੰਬਰ ਫਿਰ ਪਿੱਛੇ ਚਲਾ ਜਾਂਦਾ, ਜਿਵੇਂ ਦੂਜੀਆਂ ਗੱਡੀਆਂ ਨਹੀਂ ਹੈਗੀਆਂ ਨੇ, ਤਾਂ ਉਹ ਫਿਰ ਤੁਸੀਂ ਬੈਕ ਆ ਜਾਣਾ। ਇਸ ਕਰਕੇ ਇੱਕ ਟੈਕਸੀ ਦਾ ਨੈਗੇਟਿਵ ਪੁਆਇੰਟ ਇਹ ਹੈਗਾ ਐਜ਼ ਕੰਪੇਅਰ ਟੂ ਉਬਰ, ਅਤੇ ਦੂਜਾ ਪੋਜ਼ਿਟਿਵ ਪੁਆਇੰਟ ਹੈਗਾ ਕਿ ਇਹਦੇ 'ਚ ਮੀਟਰ ਜਿਵੇਂ ਅੱਜ ਸ਼ਨੀਵਾਰ ਆ ਤਾਂ ਥੋੜ੍ਹਾ ਜਿਹਾ ਐਕਸਟਰਾ, ਜਿਵੇਂ $4 ਮਤਲਬ 10 ਸੈਂਟ ਜਾਂ 30 ਸੈਂਟ ਤੋਂ ਚੱਲੂਗਾ, ਹੁਣ ਕਨਫਰਮ ਨਹੀਂ ਹੈਗਾ ਪਰ ਇੰਨਾ ਕੁ ਚੱਲਦਾ। ਅਤੇ ਉਬਰ 'ਚ ਕੋਈ ਇਹੋ ਜਿਹਾ ਨਹੀਂ ਹੁੰਦਾ ਸ਼ਨੀਵਾਰ ਐਤਵਾਰ ਜਾਂ ਲੇਟ 'ਚ, ਹੈ ਨਾ, ਉਹ ਇੱਕੋ ਹੀ ਚੱਲਦਾ ਵਾ, ਪਲੱਸ ਉਹ ਪਰ ਕਿਲੋਮੀਟਰ ਕੁਛ $1 ਮਸਾਂ ਹੀ ਬਣਦਾ ਨਾ ਉਬਰ ਦੇ ਵਿੱਚ ਪਰ ਕਿਲੋਮੀਟਰ ਦੇ, ਅਤੇ ਇਹਦੇ 'ਚ $2-2.5 ਬਣ ਜਾਂਦੇ ਨੇ। ਪਰ ਇਹਦੇ 'ਚ ਇਹ ਆ ਕਿ ਜੇ ਤੁਸੀਂ ਆਪ ਪਾ ਕੇ ਚਲਾ ਰਹੇ ਹੋ, ਮੀਨਸ ਕਿ ਟੈਕਸੀ ਤੁਹਾਡੀ ਆਪਦੀ ਆ, ਫਿਰ ਤੁਹਾਨੂੰ ਫਾਇਦਾ। ਪਰ ਜੇ ਤੁਸੀਂ 50-50 'ਤੇ ਚਲਾ ਰਹੇ ਹੋ ਫਿਰ ਤੁਹਾਨੂੰ ਨੁਕਸਾਨ ਆ, ਜਿਵੇਂ ਕਿ ਤੁਸੀਂ ਮੀਟਰ 'ਤੇ 200 ਬਣਾਓਗੇ ਤਾਂ ਤੁਹਾਨੂੰ 100 ਮਿਲਣਾ, ਠੀਕ ਹੈ। ਅਤੇ ਉਬਰ 'ਚ ਜੇ ਤੁਸੀਂ 119 ਜੋਬਾਂ ਕਰਕੇ 150 ਵੀ ਬਣਾਇਆ ਤਾਂ ਤੁਹਾਡਾ ਸਾਰਾ ਆਪਦਾ ਹੁੰਦਾ, ਪਰ GST ਹੁੰਦੀ ਆ, ਤਾਂ GST ਤਾਂ ਇਹਦੇ 'ਚ ਵੀ ਹੈਗੀ ਆ। ਇਸ ਕਰਕੇ ਜੇ ਤੁਸੀਂ ਆਪਦੀ ਪਾਉਣੀ ਹੈ ਟੈਕਸੀ ਤਾਂ ਬੈਸਟ ਆ, ਜੇ ਤੁਸੀਂ ਐਜ਼ ਅ ਡਰਾਈਵਰ ਕੰਮ ਕਰਨਾ ਫਿਰ ਉਬਰ ਚਲਾਓ। ਫਿਰ ਉਬਰ ਚਲਾਉਣ 'ਚ ਫਾਇਦਾ, ਉਬਰ ਰੀਡ ਹੋਈ ਚਾਹੇ ਉਬਰ ਜਿਹੜੀ ਰਾਈਡਰ ਵਾਲੀ ਆਪਣੀ ਜਿਹਦੇ ਪੈਸੈਂਜਰ ਲੈ ਕੇ ਜਾਂਦੇ ਉਹ ਹੋਈ। ਅਤੇ ਬਾਕੀ ਤੁਹਾਨੂੰ ਹੌਲੀ ਹੌਲੀ ਅਪਡੇਟ ਕਰਦਾ ਕਿ ਇਹਦੇ 'ਚ ਰੂਲ ਐਂਡ ਰੈਗੂਲੇਸ਼ਨ ਕੀ ਨੇ ਟੈਕਸੀ ਦੇ। ਲਓ ਜੀ ਆਪਾਂ ਇੱਕ ਜੋਬ ਕਰਤੀ ਆ, ਤੁਹਾਨੂੰ ਉਹਦੇ ਬਾਰੇ ਦੱਸਦਾ ਮਾੜਾ ਜਿਹਾ। ਅਤੇ ਆਹ ਮੈਂ ਹਾਈਡ ਕਰ ਦਿੰਦਾ ਕਿਉਂਕਿ ਐਡਰੈਸ ਵਗੈਰਾ ਵਾ। ਅਤੇ ਉੱਪਰ ਦੇਖੋ ਜੀ, 3.6 ਕਿਲੋਮੀਟਰ ਗਈ ਹੈ ਸਵਾਰੀ ਸਿਰਫ, ਅਤੇ $15 ਬਣ ਜਾਂਦੇ ਨੇ। ਅਤੇ ਟੈਕਸੀ ਦਾ ਇਹ ਫਾਇਦਾ ਥੋੜ੍ਹਾ ਜਿਹਾ ਕਿ ਹਾਂ ਇਹਦਾ ਮੀਟਰ ਤੇਜ਼ ਚੱਲਦਾ ਥੋੜ੍ਹਾ ਜਿਹਾ। ਅਤੇ ਉਬਰ 'ਚ ਇਹੀ ਬਣਨੇ ਸੀ ਮਸਾਂ 7-8 ਪੈਸੰਜਰ ਨੂੰ, ਅਤੇ ਡਰਾਈਵਰ ਨੂੰ ਤਾਂ ਮਤਲਬ 5-6 ਹੀ ਬਣਨੇ ਸੀ, ਅਤੇ ਇਹਦੇ 'ਚ ਬਣੇ ਨੇ 15, ਅਤੇ ਇਹ ਥੋੜ੍ਹਾ ਜਿਹਾ ਹੈਗਾ ਫਰਕ। ਹਾਂ ਅਤੇ ਜੀ ਇਹ ਜੋਬ ਲਾ ਕੇ ਆਪਾਂ ਆ ਗਏ ਘਰ ਰੋਟੀ ਖਾਣ, ਕਿਉਂਕਿ 9 ਵਜੇ ਤੋਂ ਬਾਅਦ ਮੈਂ ਵੀ ਬਿਜ਼ੀ ਹੋ ਗਏ, ਕਿਉਂਕਿ ਸ਼ੋਪਿੰਗ ਸੈਂਟਰ ਵਗੈਰਾ ਖੁੱਲ੍ਹ ਜਾਂਦੇ ਨੇ, ਅਤੇ ਇਸ ਕਰਕੇ ਰੋਟੀ ਖਾ ਕੇ ਅਤੇ ਫਿਰ ਸ਼ੁਰੂ ਕਰਦੇ ਹਾਂ। ਉਹ ਦੇਖੋ ਸਾਹਮਣੇ ਕਿਵੇਂ ਛੱਤ ਸਾਫ਼ ਹੋ ਰਹੀ ਆ ਤੁਹਾਨੂੰ ਦਿਖਾਉਂਦੇ, ਆਹ ਦੇਖੋ ਔਰ ਜੂਮ ਕਰਤੀ ਹੈ, ਕਹਿੰਦਾ ਵਧੀਆ ਤਰੀਕਾ ਪ੍ਰੈਸ਼ਰ ਗਨ ਜੀ ਆ, ਅਤੇ ਉਹਦੇ ਨਾਲ ਉਹ ਦੇਖੋ ਕਿਵੇਂ ਮਿੱਟੀ ਇੱਕ ਵਾਰ ਜੀ ਸਾਰੀ ਨਿਕਲੀ ਜਾਂਦੀ ਹੈ। ਆਪਾਂ ਖੜ੍ਹੇ ਟੈਗਮ ਸ਼ੋਪਿੰਗ ਸੈਂਟਰ, ਸਾਹਮਣੇ ਗੱਡੀਆਂ ਹੋਰ ਵੀ ਖੜੀਆਂ ਨੇ, ਅਤੇ ਆਪਣਾ ਨੰਬਰ ਹੈਗਾ ਜੀ 4, ਕਿਉਂਕਿ ਆਪਾਂ 4 ਨੰਬਰ 'ਤੇ ਖੜ੍ਹੇ ਹਾਂ। ਦੇਖੋ ਥੱਲੇ ਆਉਂਦਾ ਦੇਖਿਆ ਨੰਬਰ 4। ਬਸ ਇੱਕੋ ਹੀ ਜੋਬ ਕੀਤੀ ਤੁਹਾਨੂੰ ਪਤਾ ਹੀ ਆ। ਇੱਕ ਚੀਜ਼ ਹੋਰ ਔਖੀ ਲੱਗਦੀ ਟੈਕਸੀ ਜਿਹੜੀ ਮੈਨੂੰ ਮਤਲਬ ਲੱਗ ਰਹੀ ਆ ਉਹ ਹੈਗੀ ਆ ਕਿ ਜਿਵੇਂ ਹੁਣ ਮੈਂ ਜਿਹੜੀ ਆ ਇੱਕੋ ਹੀ ਸਵਾਰੀ ਲਾਈ ਆ, ਉਹ ਸਵਾਰੀ ਲਾਈ ਆ, ਜਿਹੜਾ ਉਬਰ ਆ ਉਹਦੇ 'ਚ ਕੀ ਹੁੰਦਾ ਕਿ ਤੁਸੀਂ ਪੈਸੇ ਨਹੀਂ ਲੈਣ, ਤੁਸੀਂ ਮਾੜੀ ਜਿਹੀ ਜਗ੍ਹਾ 'ਤੇ ਪਾਰਕ ਕਰੋ ਅਤੇ ਸਵਾਰੀ ਉੱਤਰ ਜਾਂਦੀ ਆ, ਅਤੇ ਤੁਸੀਂ ਐਪ ਦੇ ਉੱਤੇ ਹੀ ਹੈ ਨਾ ਸਕਰੋਲ ਜਿਹਾ ਕਰ ਦੇਣਾ ਅਤੇ ਤੁਹਾਨੂੰ ਪੈਸੇ ਹੈ ਨਾ ਉੱਥੇ ਕੱਟੇ ਜਾਣੇ। ਟੈਕਸੀ 'ਚ ਕੀ ਹੁੰਦਾ ਕਿ ਜਿਵੇਂ ਉਹ ਬੇਬੇ ਸੀਗੀ ਤਾਂ ਉਹਦੇ ਕੋਲ TSS ਕਾਰਡ ਸੀਗਾ, ਉਹ ਤੋਂ ਪਹਿਲਾਂ ਤੁਸੀਂ ਮੀਟਰ ਸਟੋਪ
ਇੱਕ ਤੋਂ 2 ਮਿੰਟ ਲੱਗ ਜਾਂਦੇ ਨੇ ਕੰਮ ਨੂੰ ਤੇ ਉਹ ਪੰਗਾ ਪੈਂਦਾ ਜਦੋਂ ਤੁਸੀਂ ਕਿਤੇ ਪਾਰਕਿੰਗ ਤੁਹਾਨੂੰ ਨਾ ਹੋਵੇ ਤੁਸੀਂ ਥੋੜੀ ਟੇਢੀ ਕਰਕੇ ਖੜਾਈਏ ਗੱਡੀ ਤਾਂ ਜਾਵਾਂ ਹੁਣ ਸਿਟੀ ਜਾਂ ਬੱਸ ਜੋਂ 'ਚ ਖੜੇ ਜਾਂ ਹੋਰ ਖੜੇ ਹੋ ਤਾਂ ਉਦੋਂ ਥੋੜਾ ਇਸ਼ੂ ਆ ਉਬਰ 'ਚ ਕੋਈ ਚੱਕਰ ਨਹੀਂ ਤੁਸੀਂ ਬ੍ਰੇਕ ਮਾਰੀ ਸਵਾਰੀ ਉਤਰੀ ਗੱਲ ਖਤਮ ਇਹਦੇ 'ਚ ਤੁਹਾਨੂੰ 1.5 ਜਾਂ 2 ਮਿੰਟ ਲੱਗਦੇ ਨੇ ਪੇ ਕਰਨ ਵਾਸਤੇ ਅਤੇ ਫਿਰ ਜਦੋਂ ਕੋਈ ਲਗਜ ਵੀ ਹੈਗਾ ਫਿਰ ਤੁਹਾਨੂੰ ਹੋਰ ਵੀ ਐਕਸਟਰਾ ਟਾਈਮ ਲੱਗ ਜਾਂਦਾ ਥੋੜ੍ਹਾ ਜਿਹਾ ਇਹ ਮੈਨੂੰ ਔਖਾ ਲੱਗਾ ਕਿਉਂਕਿ ਬੱਸ 'ਚ ਵੀ ਹੁਣ ਅਸੀਂ ਟਿਕਟਾਂ ਦਿੰਦੇ ਨਹੀਂ ਗੇ ਮਤਲਬ ਕਿ ਗੋ ਕਾਰਡ ਚੱਲਦਾ ਅਤੇ ਅਸੀਂ ਪੈਸੇ ਨਹੀਂ ਲੈਂਦੇ ਦਿੰਦੇ ਕਿਸੇ ਨੂੰ ਨਾ ਪੈਸੇ ਲੈਂਦੇ ਹਾਂ ਤਾਂ ਫਿਰ ਚੇਂਜ ਵੀ ਨਹੀਂ ਦਿੰਦੇ ਅਤੇ ਇਹਦੇ 'ਚ ਥੋੜ੍ਹਾ ਜਿਹਾ ਉਹ ਲੱਗਦਾ ਕਿ ਹਾਂ ਤੂੰ ਚੇਂਜ ਦੇਣੀ ਆ ਨਾ ਕੈਸ਼ ਰੱਖਣਾ ਕੋਲ ਅਤੇ ਇਹ ਵੀ ਇੱਕ ਆਪਾਂ ਨੈਗੇਟਿਵ ਪੁਆਇੰਟ ਕਹਿ ਸਕਦੇ ਟੈਕਸੀ ਦਾ ਦੂਜਾ ਇਹ ਵੀ ਕਹਿ ਸਕਦੇ ਕਿ ਇਹਦੇ 'ਚ ਤੁਹਾਨੂੰ ਚੋਰੀ ਕਰਨ ਦਾ ਡਰ ਆ ਮੀਨਸ ਕਿ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਲੁੱਟਣ ਵਾਲੇ ਨੇ ਹੈ ਨਾ ਕਿ ਟੈਕਸੀ ਵਾਲੇ ਕੋਲ $100-200 ਕੈਸ਼ ਹੋਊਗਾ ਹੀ 100 ਤਾਂ ਹੁੰਦਾ ਹੀ ਆ ਕਿਉਂਕਿ ਉਹ ਜੋ ਸ਼ੁਰੂ ਵੀ ਕਰਦਾ ਤਾਂ $100 ਦੀ ਚੇਂਜ ਉਹ ਕੋਲ ਰੱਖਦਾ ਇਸ ਕਰਕੇ ਉਬਰ ਵਾਲੇ ਕੋਲ ਕੈਸ਼ ਨਹੀਂ ਹੁੰਦਾ ਇੱਕ ਇਹ ਵੀ ਟੈਕਸੀ 'ਚ ਥੋੜ੍ਹਾ ਅਨਸੇਫ ਹੋ ਜਾਂਦਾ ਚੀਜ਼ ਉਹ ਜੀ 12:30 ਹੁੰਦੇ ਨੇ ਅਤੇ ਯਾਰ ਉਹਨਾਂ ਨੇ ਕਰਤੀ ਫਿਨਿਸ਼ ਅਤੇ ਬਾਈ ਸਾਡਾ ਬੈਠਾ ਦੱਸੋ ਬਾਈ ਮੈਂ ਕਿੰਨੇ ਬਣਾਏ ਨੇ ਕੱਢੋ ਮਾੜਾ ਜਿਹਾ ਇਹ ਤੁਹਾਨੂੰ ਦਿਖਾਉਣਾ ਜੀ ਅਸੀਂ ਕਿੰਨੇ ਬਣਾਏ ਨੇ ਉਹ ਬੁੱਲ $163 ਹੁਣ ਮਾਲਕ ਸਾਨੂੰ ਆਪੀ ਦੇਈ ਜਾਣਗੇ ਹੁਣ ਆਪੀ ਹਿਸਾਬ ਸੂ ਕਰਕੇ ਦੇਈ ਚਲੋ ਜਿਹੜਾ ਕੋ ਦੇਣਾ ਹੋਊਗਾ ਪਿੰਡ ਨੂੰ ਸ਼ਿਫਟ ਕੱਢ ਗਏ ਠੀਕ ਹੈ ਜਿੰਨੇ ਦਿਨ ਉਹਨੂੰ ਦੇ ਦੇ ਉਹਨੀ ਤਾਂ ਨਾਲ ਗਰੀਬਾਂ ਦਾ ਕੀ ਅਸੀਂ ਅਸੀਂ ਕੀ ਬੋਲਣਾ ਅੱਗੇ ਹੈ ਨਾ ਮਾਲਕਾਂ ਸਾਹਮਣੇ ਜੀ ਬਸ ਉਹਨੂੰ ਬਾਕੀ ਚੀਜ਼ ਤਾਂ ਫਿਰ ਦੱਸਦਾ ਹਿਸਾਬ ਕਿਤਾਬ ਕਰ ਲਈ ਇਹ ਹੋ ਗਿਆ ਜੀ ਅਗਲਾ ਦਿਨ ਅਤੇ ਆਪਾਂ ਆਪਦੀ ਗੱਡੀ 'ਚ ਬੈਠੇ ਹਾਂ ਟੈਕਸੀ ਉਹ ਨਾਲ ਖੜੀ ਆ ਹਾਂ ਦੇਖੋ ਜੀ ਮੈਂ ਮਾਸਟਰ ਜੀ ਜਿੰਮ 'ਚ ਨੇ ਅਤੇ ਮੈਂ ਇਦੂ ਬਾਅਦ 'ਚ ਕੰਮ 'ਤੇ ਜਾਣਾ ਇਸ ਕਰਕੇ ਮੈਂ ਜਲਦੀ ਨਿਕਲਿਆ ਅਤੇ ਮੈਂ ਹੁਣ ਤੁਹਾਨੂੰ ਦੱਸਦਾ ਸਾਰਾ ਟੈਕਸੀ ਬਾਰੇ ਟੈਕਸੀ ਦਾ ਜਿਹੜਾ ਜਿਵੇਂ ਮੈਂ ਕੱਲ੍ਹ ਚਲਾਇਆ ਤਾਂ ਮੀਟਰ ਚੱਲਦਾ ਸੀ $4 ਮਿਲਿਆ 60 ਸੈਂਟ ਤੋਂ ਠੀਕ ਹੈ ਜੀ ਅਤੇ ਉਹਦੇ 'ਚ ਤੁਹਾਨੂੰ ਦੱਸ ਦਿੱਤਾ ਕਿ ਥੋੜ੍ਹਾ ਪੈਸੇ ਵੱਧ ਬਣਦੇ ਨੇ ਟੈਕਸੀ 'ਚ ਅਤੇ ਜੇ ਹੋਰ ਲਾਈਏ ਤਾਂ ਜੇ ਕਿਸੇ ਨੇ ਟੈਕਸੀ ਪਾਉਣੀ ਆ ਤਾਂ ਉਹਦਾ ਖਰਚਾ ਕਿੰਨਾ ਕਾ ਤੁਹਾਨੂੰ ਉਹ ਵੀ ਦੱਸ ਦਿੰਦਾ ਉਹਦਾ ਖਰਚਾ ਹੈਗਾ ਜਿਹੜੇ ਉਹ ਮੀਟਰ ਮੂਟਰ ਲੱਗੇ ਨੇ ਜਿਵੇਂ ਉਹ ਮੀਟਰ ਲੱਗਿਆ ਤਾਂ ਜਿਹੜਾ ਜਿਹਦੇ 'ਤੇ ਜੋਬ ਆਉਂਦੀ ਆ ਰੇਡੀਓ ਜੋਬ ਕਹਿੰਦੇ ਜਿਹਨੂੰ ਉਹ ਸਾਰਾ ਉਹਦਾ ਰੈਂਟ ਹੁੰਦਾ ਜੀ ਤੁਸੀਂ ਇੰਸਟਾਲ ਕਰਾ ਲੈਂਦੇ ਜਦੋਂ ਤਾਂ ਉਹਦਾ $700 ਲੈਂਦੇ ਜਿਵੇਂ ਬਲੈਕ ਐਂਡ ਵਾਈਟ ਕੈਬ ਸੀਗੀ ਉਹ $700 ਲੈਂਦੀ ਹੈ ਯੈਲੋ 2 ਨੇ ਇੱਥੇ 13 ਕੈਬ ਕਹਿੰਦੇ ਉਹਨੂੰ ਯੈਲੋ ਪਹਿਲਾਂ ਹੁੰਦੀ ਸੀ ਤਾਂ ਉਹ $700 ਮਹੀਨੇ ਦਾ ਉਹ ਹੋ ਗਿਆ ਅਤੇ ਤੁਹਾਡੀ ਰੈਜੋ ਹੁੰਦੀ ਆ ਜੀ $2400 ਹੈਗੀ ਹੈ ਮਤਲਬ ਅਤੇ $200 ਮੰਥ ਦੀ ਪੈ ਗਈ 7 × 2 = 900 ਅਤੇ ਇੰਸ਼ੋਰੈਂਸ ਹੁੰਦੀ ਆ ਟੈਕਸੀ ਦੀ ਅੱਡ ਉਹ 350-550 ਦੇ ਵਿੱਚ ਹੁੰਦੀ ਆ ਤੁਸੀਂ $500 ਲਓ ਲਾ ਲਓ ਠੀਕ ਹੈ ਜੀ $1400 $1415 ਦਾ ਤੁਹਾਡਾ ਖਰਚਾ ਮਹੀਨੇ ਦਾ ਟੈਕਸੀ ਦਾ ਜੇ ਤੁਸੀਂ ਆਪਦੀ ਟੈਕਸੀ ਪਾ ਲਓ ਗੱਡੀ ਤੁਹਾਡੀ ਆਪਦੀ ਹੋਣੀ ਚਾਹੀਦੀ ਹੈ ਇਹ ਤਾਂ ਹੋ ਗਿਆ ਟੈਕਸੀ ਦਾ ਖਰਚਾ ਅਤੇ ਪਲੱਸ ਜਿਹੜਾ ਇੰਸਟਾਲ ਕਰਦੇ ਨੇ ਸਾਰਾ ਕੁਛ ਜਿਹੜੇ ਉਹ ਐਫਟ ਪੋਸ ਮਸ਼ੀਨ ਉਹ ਮੀਟਰ ਜਿਹੜਾ ਲੱਗਿਆ ਸੀ ਇਹਦੇ ਪਾਸੇ DCU ਲੱਗਿਆ ਉਹ ਲੱਗਿਆ ਸੀ DCU ਨਹੀਂ ਕਹਿੰਦੇ ਇੱਥੇ ਬੱਸ 'ਚ ਹੁੰਦਾ DCU ਨੂੰ MT ਡਾਟਾ ਕਹਿੰਦੇ ਨੇ ਜਿਹਦੇ ਜੋਬ ਆਉਂਦੀ ਆ ਉਹ ਚੀਜ਼ਾਂ ਇੰਸਟਾਲ ਕਰਨ ਦੇ $5000 ਰਹਿੰਦੇ ਨੇ ਅਤੇ ਉਹਦਾ ਵੀ ਤੁਸੀਂ ਕਿਸ਼ਤਾਂ ਕਰ ਸਕਦੇ ਹੋ ਉਹਨੂੰ ਵੀ ਕਿਸ਼ਤਾਂ 'ਤੇ ਕਰਾ ਕੇ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਅਤੇ ਇੰਨਾ ਕੁ ਮੋਟਾ ਮੋਟਾ ਖਰਚਾ ਕਿ $5000 ਇੱਕ ਟਾਈਮ ਦਾ ਲੱਗਣਾ ਗੱਡੀ ਤੁਹਾਡੀ ਆਪਦੀ ਹੋਵੇ ਤਾਂ ਤੁਸੀਂ $1400-1500 ਦੇਣਾ ਵਾ ਤਾਂ ਟੈਕਸੀ ਤੁਸੀਂ ਇੱਕ ਮਹੀਨੇ 'ਚ ਤੁਸੀਂ ਦੇ ਲਓਗੇ ਹਫ਼ਤੇ 'ਚ ਬੰਦਾ $1400-1500 ਈਜ਼ੀਲੀ ਕਮਾ ਲੈਂਦਾ ਬਾਕੀ 3 ਹਫ਼ਤੇ ਤੁਹਾਡੀ ਕਮਾਈ ਜੇ ਤੁਸੀਂ ਆਪ ਟੈਕਸੀ ਪਾਉਣੀ ਜੇ ਐਜ਼ ਅ ਡਰਾਈਵਰ ਕੰਮ ਕਰਦੇ ਹੋ ਫਿਰ ਤੁਹਾਨੂੰ ਦੱਸ ਦਿੱਤਾ ਕਿ 50% 'ਤੇ ਕਰਦੇ ਹੋ ਤਾਂ ਤੁਹਾਨੂੰ ਥੋੜ੍ਹਾ ਜਿਹਾ ਫਿਰ ਤੁਹਾਨੂੰ ਉਬਰ ਹੀ ਫਾਇਦਾ ਕਰਦੀ ਆ ਤੁਸੀਂ ਉਬਰ ਪਾ ਲਓ ਮਤਲਬ ਕਿ ਜੇ ਤੁਸੀਂ ਐਜ਼ ਅ ਡਰਾਈਵਰ ਟੈਕਸੀ ਕਿਸੇ ਦੀ ਚਲਾਉਣੀ ਆ ਤਾਂ ਫਿਰ ਤੁਸੀਂ ਆਪਦੀ ਉਬਰ ਪਾ ਲਓ ਉਬਰ 'ਚ ਵੀ ਤੁਹਾਨੂੰ ਅਪਡੇਟ ਦੇ ਦੇਣਾ ਉਬਰ ਵੀ ਪਹਿਲਾਂ 12 ਸਾਲ ਪੁਰਾਣੀ ਗੱਡੀ ਚੱਲਦੀ ਹੁੰਦੀ ਸੀ ਨਿਊਜ਼ੀਲੈਂਡ 'ਚ ਹੁਣ ਉਹਨਾਂ ਨੇ 15 ਸਾਲ ਕਰਤੀ ਮੀਨਸ ਕਿ 15 ਸਾਲ ਪੁਰਾਣੀ ਗੱਡੀ ਜਾਂ ਇਹਦੂ ਘੱਟ ਵਾਲੀ ਉਹ ਚੱਲ ਸਕਦੀ ਆ ਐਜ਼ ਆ ਉਬਰ ਪੈਸੰਜਰ ਤੁਸੀਂ ਡਿਲੀਵਰ ਕਰ ਮਤਲਬ ਉਹਨੂੰ ਲਿਜਾ ਸਕਦੇ ਹੋ ਠੀਕ ਆ ਉਬਰ ਈਟ 'ਤੇ ਕੋਈ ਚੱਕਰ ਨਹੀਂ ਹੁੰਦਾ ਪਰ ਐਜ਼ ਆ ਆਪਾਂ ਕਿਵੇਂ ਟਰਾਂਸਪੋਰਟ ਵਹੀਕਲ ਤੁਸੀਂ ਕਹਿ ਸਕਦੇ ਹੋ ਤਾਂ 15 ਸਾਲ ਪੁਰਾਣੀ ਤੱਕ ਜਾਂ ਇਦੂ ਥੱਲੇ ਵਾਲੀ ਚਲਾ ਸਕਦੇ ਹੋ 1500 ਉੱਪਰ ਵਾਲੀ ਨਹੀਂ ਚਲਾ ਸਕਦੇ ਇਹ ਹੋ ਗਿਆ ਉਬਰ ਦਾ ਅਤੇ ਤੁਹਾਨੂੰ ਖਰਚਾ ਵੀ ਦੱਸਤਾ ਟੈਕਸੀ ਦਾ ਕਿੰਨਾ ਕੁ ਹੁੰਦਾ ਹੋਰ ਮੈਨੂੰ ਲੱਗਦਾ ਨਹੀਂ ਕੁਛ ਟੈਕਸੀ ਹਾਂ ਰਿਕੁਆਇਰਮੈਂਟਾਂ ਕੀ ਨੇ ਕਿ ਜੇ ਤੁਸੀਂ ਮਤਲਬ ਆਸਟ੍ਰੇਲੀਆ 'ਚ ਕੋਈ ਨਵਾਂ ਆਇਆ ਜਾਂ ਉਹਨੇ ਨਾ ਕਿਵੇਂ ਟੈਕਸੀ ਚਲਾ ਸਕਦਾ ਇੱਕ ਤਾਂ 1 ਸਾਲ ਤੁਹਾਡਾ ਲਾਇਸੈਂਸ ਪੁਰਾਣਾ ਹੋਣਾ ਚਾਹੀਦਾ ਵਾ ਆਸਟ੍ਰੇਲੀਅਨ ਲਾਇਸੈਂਸ ਹੋਣਾ ਚਾਹੀਦਾ ਇੰਡੀਆ ਵਾਲਾ ਨਹੀਂ ਠੀਕ ਹੈ ਫਿਰ DA ਬਣਦਾ ਜੀ ਡਰਾਈਵਰ ਅਥਾਰਟੀ ਕਿਉਂਕਿ ਮੇਰੇ ਕੋਲ ਸੀਗੀ ਕੋਈ ਬੱਸ 'ਚ ਵੀ ਲੋੜ ਪੈਂਦੀ ਹੈ ਉਹ ਬਣਦੀ ਹੈ ਜੀ ਉਹਦੇ ਤੋਂ ਬਾਅਦ ਤੁਸੀਂ ਜਿਹੜੀਆਂ ਕਲਾਸਾਂ ਨੇ ਬਲੈਕ ਐਂਡ ਵਾਈਟ ਨੇ ਯੈਲੋ ਦੀ ਉਹ ਫ੍ਰੀ ਨੇ ਪਹਿਲਾਂ ਪੈਸੇ ਲੱਗਦੇ ਹੁੰਦੇ ਸੀਗੇ ਅੱਜ ਕੱਲ੍ਹ ਫ੍ਰੀ ਨੇ ਔਨਲਾਈਨ ਨੇ ਮੈਂ ਕਹਿੰਦਾ 1.5 ਘੰਟੇ 'ਚ ਘੰਟੇ 'ਚ ਤੁਹਾਡੀ ਟ੍ਰੇਨਿੰਗ ਹੋ ਕੇ ਤਾਂ ਤੁਹਾਨੂੰ 3 ਨੰਬਰ ਮਿਲ ਜਾਣਾ ਜਿਹੜਾ ਤੁਸੀਂ ਉਹਦੇ 'ਚ MT ਡਾਟਾ 'ਚ ਲੌਗਇਨ ਕਰਨਾ ਠੀਕ ਆ ਤਾਂ ਉਹ ਹੋ ਗਿਆ ਤਾਂ ਮਤਲਬ ਬਸ ਮੈਂ ਲਾਵਾਂ ਮੈਂ ਕੀ ਕੀਤਾ ਮੇਰੇ ਕੋਲ ਲਾਇਸੈਂਸ ਸੀਗਾ DA ਮੇਰੇ ਕੋਲ ਪਹਿਲਾਂ ਸੀਗਾ ਕਿ ਮੈਂ ਬੱਸ ਚਲਾਉਂਦਾ ਤਾਂ ਮੈਂ ਸਿਰਫ ਸ਼ਰਟ ਲਈ $26 ਦੀ ਜਿਹੜੀ ਉਹ ਪਾਈ ਸੀਗੀ ਵਾਈਡ ਜੀ ਉਹਨਾਂ ਦੀ ਲੈਣੀ ਪੈਂਦੀ ਆ ਅਤੇ ਉਹ $26-25 ਦੀ ਸ਼ਰਟ ਮਿਲਦੀ ਆ ਉਹ ਲੈਣੀ ਆ ਬਾਕੀ ਤੁਹਾਡਾ ਹੋਰ ਕੋਈ ਖਰਚਾ ਨਹੀਂ ਹੈਗਾ ਤੁਸੀਂ ਬਸ ਲਾਇਸੈਂਸ ਲਓ ਲਾਇਸੈਂਸ 'ਤੇ ਤਾਂ ਖਰਚਾ ਚਲੋ ਹੋਣਾ ਹੀ ਕੋਈ ਵੀ ਕੰਮ ਕਰਨਾ ਲਾਇਸੈਂਸ ਲਿਆ DA ਉਹਦੇ 'ਤੇ ਥੋੜ੍ਹਾ ਜਿਹਾ ਖਰਚਾ ਹੁੰਦਾ ਮਤਲਬ 200-300 ਜਿੰਨਾ ਵੀ ਹੋਊਗਾ ਮੈਨੂੰ ਪਤਾ ਨਹੀਂ ਕਿੰਨਾ ਡਿਪੈਂਡ ਕਰਦਾ ਕਿੰਨੇ ਸਾਲ ਲਈ ਬਣਵਾਉਣਾ ਤੁਸੀਂ ਤੁਹਾਡੇ ਵੀਜ਼ 'ਤੇ ਵੀ ਡਿਪੈਂਡ ਕਰਦਾ ਉਹ ਬਣਾਓ DA ਬਣਾਓ ਅਤੇ 3 ਨੰਬਰ ਤੁਹਾਨੂੰ ਫ੍ਰੀ ਆ ਸ਼ਰਟ ਲਓ ਉਹਨਾਂ ਦੀ
ਤੇ ਕੈਬ ਚ ਬਹਿ ਜਾਓ ਠੀਕ ਹੈ ਤੇ ਜੇ ਉਬਰ ਚ ਬਹਿਣਾ ਤਾਂ ਫਿਰ ਕੋਈ ਖਰਚਾ ਨਹੀਂ ਗੱਡੀ ਲਓ ਤਾਂ ਇੱਕ ਬੁੱਕ ਐਂਡ ਹਾਇਰ ਲਾਇਸੈਂਸ ਲੈਣਾ ਪੈਂਦਾ $175 ਦਾ ਉਹ ਲਓ ਤੇ ਗੱਡੀ ਦੀ ਉਹ ਕਰਾਓ ਇੰਸਪੈਕਸ਼ਨ ਕਰਾਉਣੀ ਪੈਂਦੀ ਤੁਹਾਨੂੰ ਉਬਰ ਚ ਉਹ ਕਰਾਓ ਤੇ ਬਸ ਬਹਿ ਜਾਓ ਉਹ 'ਚ ਚਲਾਉਣ ਲੱਗ ਜਾਓ ਬਾਕੀ ਹੁਣ ਤੁਹਾਡੇ 'ਤੇ ਆ ਕਿ ਤੁਸੀਂ ਉਬਰ ਚਲਾਉਣੀ ਆ ਟੈਕਸੀ ਚਲਾਉਣੀ ਆ ਕਿਵੇਂ ਚਲਾਉਣੀ ਆ ਅਤੇ ਬਾਕੀ ਮੈਂ ਇਨਫੋਰਮੇਸ਼ਨ ਦੇ ਦਿੱਤੀ ਆ ਵੀ ਹੋਰ ਚਾਹੀਦੀ ਹੋਈ ਕੁਛ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਬਾਕੀ ਆਪਾਂ ਹੁਣ ਕੰਮ 'ਤੇ ਜਾਣਾ ਅਤੇ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਬਾਕੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ।